ਕੀ ਨਾਮ ਹੈ ਸਰ? ਸਤਨਾਮ ਸਿੰਘ। ਕਿਹੜੇ ਪਿੰਡ ਤੋਂ, ਕੀ ਅਹੁਦਾ ਤੁਹਾਡੇ ਕੋਲ ਅਤੇ ਕੀ ਗੱਲਬਾਤ ਹੋਈ? ਮੈਂ ਖਨਾਲ ਕਲਾਂ ਤੋਂ ਸਰਪੰਚ ਹਾਂ ਜੀ। ਅਤੇ ਜੋ ਅੱਜ ਇੱਕ ਘਟਨਾ ਵਾਪਰੀ ਹੈ ਸਾਡੇ ਪਿੰਡ ਦੇ ਵਿੱਚ, ਮਾੜੀ ਘਟਨਾ ਵਾਪਰੀ ਹੈ। ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ, ਸਾਡੇ ਲਾਗੇ ਪਿੰਡ ਆ ਭੱਟੀਵਾਲ ਉੱਥੋਂ ਦੇ। ਅਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨਿਹੰਗ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ। ਅਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਅਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਅਤੇ ਬੱਖੀ 'ਚ ਕਿਰਪਾਨ ਮਾਰੀ। ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹੋਸਪਿਟਲ। ਅਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਅਤੇ ਉਹ ਡੈਡ ਹੋ ਗਿਆ ਮੁੰਡਾ। ਕਿੰਨੀ ਉਮਰ ਸੀ ਮੁੰਡੇ? ਨਹੀਂ, ਮੈਂ 20 ਸਾਲ ਦਾ ਮੁੰਡਾ ਸੀਗਾ। ਅਸੀਂ ਤਾਂ ਮੰਗ ਇਹੀ ਕਰਦੇ ਹਾਂ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ, ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ। ਦੇਖੋ ਜੋ ਹੋਇਆ ਗਲਤ ਤਾਂ ਗਲਤ ਹੀ ਆ। ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਅਸੀਂ ਡਟ ਕੇ ਖੜ੍ਹੇ ਹਾਂ ਸਾਰਾ ਨਗਰ। ਅਸੀਂ ਕਿਸੇ ਗਲਤ ਅਨਸਰ ਦਾ ਨਹੀਂ ਸਾਥ ਦੇਵਾਂਗੇ, ਕਿਉਂਕਿ ਅਸੀਂ ਕਿੰਨਾ ਕੁ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ। ਸਾਨੂੰ ਅੱਜ ਪਰਿਵਾਰ ਨਾਲ ਖੜ੍ਹਨ ਦੀ ਲੋੜ ਆ ਨਗਰ ਨੂੰ ਵੀ, ਅਤੇ ਅਸੀਂ ਖੜ੍ਹੇ ਵੀ ਹਾਂ। ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ, ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ, ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ, ਬੰਦਾ ਫੜਿਆ ਗਿਆ, ਅਰੈਸਟ ਹੋ ਗਿਆ। ਅਤੇ DSP ਸਾਹਿਬ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਹਾਂ ਅਸੀਂ ਕਰਾਂਗੇ। ਕਿਸ ਤਰ੍ਹਾਂ ਵੇਖਦੇ ਹੋ ਹਰ ਰੋਜ਼ ਇਹੀ ਘਟਨਾ ਵਾਪਰ ਰਹੀ ਹੈ? ਇਹ ਨਾ ਜੀ ਸਮਝ ਨਹੀਂ ਆਉਂਦਾ, ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾ ਇੰਨੀਆਂ ਕੁ ਹੋ ਰਹੀਆਂ ਨੇ, ਰੋਜ਼ ਚੋਰੀਆਂ, ਰੋਜ਼ ਹੀ ਇਹ ਕਤਲ, ਮਰਡਰ, ਲੜਾਈਆਂ ਆਮ ਜਿਹੀ ਬਣ ਗਿਆ, ਜਿਵੇਂ ਕਲਚਰ ਹੋ ਗਿਆ। ਅੱਗੇ ਕਲਚਰ ਪੰਜਾਬ ਦਾ ਕੁਛ ਹੋਰ ਸੀਗਾ, ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ। ਸਾਡੇ ਜ਼ਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ, ਕਿਤੋਂ ਮੋਟਰਸਾਈਕਲ ਚੱਕ ਲਿਆ, ਕਿਤੋਂ ਕੁਛ ਚੱਕ ਲਿਆ। ਥੋੜ੍ਹਾ ਜਿਹਾ ਅਸੀਂ ਨਾ ਪ੍ਰਸ਼ਾਸਨ ਨੂੰ ਵੀ ਕਹਾਂਗੇ ਵੀ ਥੋੜ੍ਹਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸ਼ਤ ਕਰਨ, ਰਾਉਂਡ ਲਾਉਣ, ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਹੇ, ਹੈ ਨਾ। ਇਹ ਅਨਸਰਾਂ ਨੂੰ ਹੱਥ 'ਤੇ ਨੱਥ ਪਾਈ ਜਾ ਸਕਦੀ ਆ, ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ ਦੁਆਲੇ ਨਹਿਰਾਂ ਨਿਕਲਦੀਆਂ ਨੇ, ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ ਔਲੀ ਨਿਕਲਦੇ ਹਾਂ ਵੀ ਯਾਰ ਨਹਿਰਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਅਨਸਰ ਖੜ੍ਹੇ ਹੁੰਦੇ ਆ, ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ। ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ, ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ, ਜਿਹੜਾ ਕਿ ਯਾਰ ਜੇ ਕਿਸੇ ਮਾਪਿਆਂ ਨੂੰ ਭਰਨਾ ਬੜਾ ਔਖਾ, ਹੈ ਨਾ। ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਹਾਂ ਵੀ ਥੋੜ੍ਹਾ ਜਿਹਾ ਗਸਤ, ਜੇ ਸਾਡੇ ਪਿੰਡਾਂ 'ਚ ਇੱਕ ਗੇੜਾ ਵੀ ਮਾਰ ਲੈਣ ਨਾ, ਡਰ ਦਾ, ਜਿਹੜੇ ਕੋਈ ਗਲਤ ਅਨਸਰ ਨੇ ਉਹਨਾਂ ਨੂੰ ਡਰ ਦਾ ਮਾਹੌਲ ਬਣਿਆ ਰਹੇ, ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ। ਇਹ ਗੱਲਾਂ ਸਾਨੂੰ ਨਾ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਹੀ ਜਾ ਰਹੀਆਂ ਨੇ। ਮੇਰਾ ਬੱਚਾ ਜੀ ਉਹ ਅਸੀਂ ਤਾਂ ਜੀਰੀ ਲਾਉਣ ਗਏ ਸੀਗੇ, ਸਵੇਰੇ ਆਪਦਾ ਕੰਮ 'ਤੇ ਉਹ ਦੁਕਾਨ 'ਤੇ ਜਾਂਦਾ ਸੀ ਜੀ, ਖਨਾਲ ਉਹਦੀ ਦੁਕਾਨ 'ਤੇ ਪਈ ਹੈ, ਫਰਿੱਜ ਅਸੀਂ ਸਮਾਰਦਾ ਸੀ, ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰ ਆਉਂਦਾ ਸੀ। ਅੱਜ ਦੇਖੋ ਜੀ ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ। ਅਸੀਂ ਤਾਂ ਜੀਰੀ ਲਾਉਂਦੇ, ਅਤੇ ਮੈਨੂੰ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲ ਫੋਨ ਗਿਆ ਵੀ ਇਸ ਤਰ੍ਹਾਂ ਐਂ ਕਰਕੇ ਗੱਲ ਹੋ ਗਈ, ਅਸੀਂ ਉੱਥੇ ਆਪਦਾ ਕੰਮ ਜਿੱਥੇ ਅਸੀਂ ਕਰ ਰਹੇ ਤੇ ਉੱਥੇ ਕੰਮ ਛੱਡ ਕੇ ਅਸੀਂ ਆਪਦੇ ਘਰ ਆਏ ਜੀ, ਤਾਂ ਅਸੀਂ ਉਰੇ ਪਹੁੰਚੇ ਹਾਂ। ਹਾਲੇ ਸਾਨੂੰ ਤਾਂ ਅੰਦਰ ਵੀ ਨਹੀਂ ਜਾਣ ਦਾ, ਸਾਡੇ ਬੱਚਿਆਂ ਨੂੰ ਤਾਂ ਸਾਨੂੰ ਇਹੀ ਨਹੀਂ ਪਤਾ ਵੀ ਮੇਰਾ ਬੱਚਾ ਹੈਗਾ ਕਿ ਨਾ ਹੈਗਾ, ਸਾਹਾਂ 'ਤੇ ਹੈ ਕਿ ਸਾਹ ਪੂਰੇ ਹੋ ਗਏ, ਦੇਖ ਮੈਨੂੰ ਨਹੀਂ ਪਤਾ ਜੀ। ਪਤਾ ਲੱਗਿਆ ਕਿ ਮ੍ਰਿਤਕ ਹੋ ਗਈ, ਉਹਨਾਂ ਦੀ ਮੌਤ ਹੋ ਚੁੱਕੀ ਹੈ? ਫਿਰ ਮੈਨੂੰ ਤਾਂ ਪਤਾ ਵੀ ਨਹੀਂ ਹਾਲੇ, ਮੈਂ ਤਾਂ ਹਾਲੇ ਆ ਕੇ ਮੈਂ ਤਾਂ ਅੰਦਰ ਗਿਆ ਵੀ ਨਹੀਂ, ਹਾਲੇ ਮੈਨੂੰ ਤਾਂ ਅੰਦਰ ਜਾਣ ਵੀ ਨਹੀਂ ਦਿੱਤਾ। ਕੀ ਕਾਰਵਾਈ ਦੀ ਮੰਗ ਹੈ?
ਕਾਰਵਾਈ ਤਾਂ ਹੁਣ ਦੇਖੋ ਜੀ, ਹੁਣ ਤਾਂ ਸਰਕਾਰ ਨੂੰ ਹੁਣ ਕੀ, ਮੈਂ ਹੁਣ ਮੈਂ ਕੀ ਕਹਾਂ ਜੀ, ਉਹਦਾ ਪਿਓ ਇਨਸਾਫ ਉਹਨੂੰ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ। ਡਾਕਟਰ ਸੁਨੀਤਾ ਸਿੰਗਲਾ, ਇੱਕ ਬਰੋਡ ਡੈਡ ਦੇ ਸੀਗਾ, ਇੱਕ ਗੁਰਦਰਸ਼ਨ ਸਿੰਘ ਬਰੋਡ ਡੈਡ ਆਇਆ, ਉਹ ਆਇਆ ਆਲਮੋਸਟ 7 ਵਜੇ, ਅਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ, ਪਰ ਸਾਡੇ ਕੋਲ ਬਰੋਡ ਡੈਡ ਸੀ, ਅਸੀਂ ਇਮੀਡੀਏਟਲੀ ਮੋਰਚਰ 'ਚ ਸ਼ਿਫਟ ਕਰਤਾ, ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ। ਸਰ ਇੱਕ ਮਰਡਰ ਹੋਇਆ ਜੀ, ਕੀ ਘਟਨਾ ਜੀ, ਕੀ ਵਿਅਕਤੀ ਹੈ ਉਹ ਸਾਨੂੰ ਦੱਸੇਗਾ। ਇਹ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਸੀ, ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ, ਉਹਨੂੰ ਹਸਪਤਾਲ ਲੈ ਗਏ ਸੀ ਉੱਥੋਂ ਪਿੰਡ ਦੇ ਲੋਕ। ਬਾਅਦ 'ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ 'ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ 'ਚੋਂ ਕੋਈ ਲੜਕਾ ਹੈਗਾ, ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ, ਅਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁਕਾ ਆ ਗਿਆ, ਉਹਦੀ ਉੱਥੇ ਦੌਰਾਨੇ ਇਲਾਜ ਡੈਥ ਹੋ ਗਈ ਹੈ, ਇਹ ਘਟਨਾ ਵਾਪਰੀ ਹੈ ਅਤੇ ਬਾਕੀ ਅੱਗੇ ਤਫਤੀਸ਼ ਜਾਰੀ ਹੈ। ਜਿਹੜਾ ਵਿਅਕਤੀ ਜਿਹਨੇ ਕੀਤਾ ਜੀ, ਇਹ ਉਹਦਾ ਕੀ ਨਾਮ ਹੈ ਜੀ? ਜਿਹੜਾ ਉਹ ਜਿਹਨੇ ਕੀਤਾ ਉਹ ਬਿੱਟੂ ਸਿੰਘ, ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਂ ਸਾਹਮਣੇ ਆ ਰਿਹਾ, ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ 'ਤੇ ਪਤਾ ਲੱਗੂ, ਪਰਿਵਾਰ ਵਾਲੇ ਦੱਸਣਗੇ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਇਹਨਾਂ ਨਹੀਂ ਅਜੇ ਕੁਛ ਇੰਨਾ ਕਲੀਅਰ ਨਹੀਂ, ਕਲੀਅਰ ਹੋ ਜੂਗਾ ਅਸੀਂ ਜਦੋਂ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫ ਆਈ ਆਰ ਦੇਵਾਂਗੇ, ਅਤੇ ਕੁਛ ਸਭ ਚੀਜ਼ਾਂ ਅੱਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ। ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ, ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ? ਉਹਦੀ ਉੱਥੇ ਦੁਕਾਨ ਸੀ ਫਰਿੱਜ ਅਤੇ ਏਸੀਆਂ ਦੀ ਰਿਪੇਅਰ ਦੀ, ਖਨਾਲ ਕਲਾਂ ਦੀ। ਕਿੱਥੇ ਦੇ ਰਹਿਣ ਵਾਲੀ ਹੈ ਬੰਦਾ? ਇਹ ਪੱਟੀ ਵਾਲ ਪਿੰਡ ਹੈ ਨਾਲ ਹੀ, ਥਾਣਾ ਭਵਾਨੀਗੜ੍ਹ 'ਚ ਪੈਂਦਾ, ਉੱਥੋਂ ਦਾ ਰਹਿਣ ਵਾਲਾ। ਜਿਹਨੇ ਮਰਡਰ ਕੀਤਾ ਜੀ, ਇਹ ਵਿਅਕਤੀ ਕਿੱਥੇ ਰਹਿੰਦਾ? ਇਹ ਪਿੰਡ ਦਾ ਹੀ ਹੈ, ਉਸੇ ਪਿੰਡ ਦਾ, ਖਨਾਲ ਕਲਾਂ ਦਾ ਹੀ। ਹਾਂਜੀ, ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਅਸੀਂ ਬਸ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਾਂਗੇ ਜੀ, ਐਫ ਆਈ ਆਰ ਲੌਜ ਕਰਕੇ, ਅਤੇ ਜਲਦੀ ਉਹਦੀ ਅਰੈਸਟ ਪਾ ਦਾਂਗੇ ਜੀ। ਠੀਕ ਹੈ ਜੀ, ਅਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੋਰਚਰੀ ਦੇ ਵਿੱਚ? ਹਾਂਜੀ, ਉਹਦੀ ਸੰਗਰੂਰ ਮੋਰਚਰੀ 'ਚ।